ਪੰਜਾਬ ਪੁਲਿਸ ਅੱਜ ਉਹਨਾਂ ਵਾਹਣਾਂ ਦੇ ਚਲਾਨ ਕੱਟ ਰਹੀ ਹੈ ਜਿਨ੍ਹਾਂ ਵਾਹਣਾਂ ਦੇ ਉੱਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਹੋਈ। ਜੀ ਹਾਂ, ਪੰਜਾਬ ਪੁਲਿਸ ਦੇ ਵੱਲੋਂ ਅੱਜ ਲੋਕਾਂ ਦੇ ਵਾਹਣਾਂ ਦੇ ਚਲਾਨ ਕੱਟੇ ਜਾ ਰਹੇ ਨੇ ਕਿਉਂਕਿ ਉਹਨਾਂ ਵਾਹਣਾਂ ਦੇ ਉੱਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਹੋਈ। 30 ਜੂਨ ਤੱਕ ਦਾ ਸਮਾਂ ਸੀ ਅਤੇ ਅੱਜ 1 ਜੁਲਾਈ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਇਹ ਨਿਰਦੇਸ਼ ਜਾਰੀ ਕੀਤੇ ਸਨ ਕਿ 30 ਜੂਨ ਤੱਕ ਜੋ ਲੋਕ ਨੇ ਉਹ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਾ ਲੈਣ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ 1 ਜੁਲਾਈ ਤੋਂ ਜੋ ਹੈ ਉਹ ਤੁਹਾਡੇ ਚਲਾਨ ਕੱਟੇ ਜਾਣਗੇ ਅਤੇ ਅੱਜ ਪੰਜਾਬ ਪੁਲਿਸ ਉਹੀ ਕੰਮ ਕਰਨ ਵਿੱਚ ਲੱਗੀ ਹੋਈ ਹੈ। ਦਰਅਸਲ ਪਹਿਲਾਂ 2000 ਦਾ ਚਲਾਨ ਹੋਵੇਗਾ, ਦੂਜੀ ਵਾਰ ਗਲਤੀ ਕਰਦੇ ਹੋ ਤਾਂ 3000 ਦਾ ਅਤੇ ਜੇਕਰ ਤੀਸਰੀ ਵਾਰ ਗਲਤੀ ਕਰਦੇ ਹੋ ਤਾਂ ਫਿਰ 5000 ਦਾ ਚਲਾਨ ਹੋਵੇਗਾ ਅਤੇ ਫਿਰ ਵੀ ਜੇ ਤੁਸੀਂ ਫੜੇ ਗਏ ਤਾਂ ਫਿਰ ਬਲੈਕਲਿਸਟ ਵੀ ਕੀਤਾ ਜਾ ਸਕਦਾ ਹੈ। ਸੋ ਅੱਜ ਪੰਜਾਬ ਪੁਲਿਸ ਜੋ ਹੈ ਪੂਰੇ ਪੰਜਾਬ ਦੇ ਵਿੱਚ ਹੀ ਜੋ ਹੈ ਵੱਖ ਵੱਖ ਜ਼ਿਲ੍ਹਿਆਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜੋ ਪੰਜਾਬ ਪੁਲਿਸ ਹੈ ਉਹ ਲਗਾਤਾਰ ਲੋਕਾਂ ਦੇ ਚਲਾਨ ਕੱਟ ਰਹੀ ਹੈ ਕਿਉਂਕਿ ਉਹਨਾਂ ਦੇ ਵਾਹਨ ਦੇ ਉੱਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਹੋਈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਜਿਸ ਵਿੱਚ 30 ਜੂਨ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਸੀਗੀ, ਲਾਸਟ ਡੇਟ ਜਿਹੜੀ ਸੀਗੀ, ਕਿ ਤੁਸੀਂ ਹਾਈ ਸਿਕਿਉਰਿਟੀ ਨੰਬਰ ਪਲੇਟ ਜਿਹੜੀ ਹੈ ਜਦੋਂ ਅਸੀਂ ਸਰਕਾਰੀ ਨੰਬਰ ਪਲੇਟ ਕਹਿੰਦੇ ਹਾਂ ਉਹ ਲਗਾਉਣਾ ਹਰੇਕ ਵਹੀਕਲ ਦੇ ਉੱਤੇ ਜ਼ਰੂਰੀ ਆ, ਚਾਹੇ ਉਹ ਸਾਡਾ ਘਰੇਲੂ ਵਹੀਕਲ ਹੈ ਚਾਹੇ ਉਹ ਵਪਾਰਿਕ ਵਹੀਕਲ ਹੈਗਾ ਸਾਡਾ। ਜੇਕਰ ਤੁਸੀਂ ਉਹਨੂੰ 30 ਜੂਨ ਤੱਕ ਨਹੀਂ ਲਗਾਉਂਦੇ, 1 ਜੂਨ ਨੂੰ ਤੁਹਾਡਾ ਜਿਹੜਾ ਹੈ ਉਹ ਚਲਾਨ ਵੀ ਹੋ ਸਕਦਾ ਹੈ। ਪਹਿਲਾ ਚਲਾਨ ਜਿਹੜਾ ਹੈਗਾ ਉਹ 2000 ਰੁਪਏ ਦਾ ਔਰ ਦੂਸਰਾ ਚਲਾਨ ਜਿਹੜਾ ਹੈਗਾ ਉਹ 3000 ਰੁਪਏ ਦਾ। ਅਗਰ ਤੁਸੀਂ ਫਿਰ ਵੀ ਨਹੀਂ ਲਗਾਉਂਦੇ ਟਰਾਂਸਪੋਰਟ ਡਿਪਾਰਟਮੈਂਟ ਅਤੇ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਤੁਹਾਡੇ ਵਹੀਕਲ ਨੂੰ ਬਲੈਕਲਿਸਟ ਕਰ ਸਕਦੀ ਹੈ। ਇਹ ਇਹਦਾ ਬੇਸਿਕ ਜਿਹੜਾ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ, ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਅਨਾਊਂਸਮੈਂਟ ਵੀ ਕਰ ਰਹੇ ਹੈਗੇ ਹਾਂ ਔਰ ਤੁਹਾਡੇ ਸਾਹਮਣੇ ਅਸੀਂ ਸਾਰੇ ਹੀ ਵਹੀਕਲ ਚਾਲਕਾਂ ਨੂੰ ਗਰੁੱਪ ਗਰੁੱਪ 'ਚ ਵੀ ਦੱਸ ਰਹੇ ਹਾਂ ਕਿ ਇਹ ਨੰਬਰ ਪਲੇਟ ਜਿਹੜੀ ਲਗਾਉਣੀ ਹੈਗੀ ਆ ਹਰੇਕ ਵਹੀਕਲ ਉੱਤੇ ਜ਼ਰੂਰੀ ਹੈਗੀ ਆ ਤਾਂ ਕਿ ਅਸੀਂ ਚਲਾਨ ਤੋਂ ਵੀ ਬਚ ਸਕੀਏ ਅਤੇ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਕਰ ਸਕੀਏ।